ਗੁਰੂ ਪਿਆਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਆਪਣਾ ਮਨ ਨਹੀਂ ਸੀਗਾ ਕਿ ਮੈਂ ਵਿੱਚ ਇੰਨੀਆਂ ਸੋਹਣੀਆਂ ਕਵਿਤਾਵਾਂ ਸੁਣਦਿਆਂ ਕੋਈ ਗੱਲ ਕਹਾਂ, ਔਰ ਮੈਂ ਗੱਲ ਕਹਿਣੀ ਵੀ ਨਹੀਂ, ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਜਿੰਨੇ ਵੀ ਆਪ ਸੱਜਣ ਕਵੀ ਕਵਿਤਰੀਆਂ ਇਸ ਪਾਵਨ ਦਰਬਾਰ ਵਿਖੇ ਸਜੇ ਹੋ, ਅਕਾਲ ਪੁਰਖ ਜੀ ਬਖਸ਼ਿਸ਼ ਕਰਨ, ਕਲਗੀਧਰ ਪਾਤਸ਼ਾਹ ਜੀ ਆਪਣਾ ਹੱਥ ਰੱਖਣ, ਅਸੀਂ ਉਹ ਕੁਝ ਉਹ ਸਰਮਾਇਆ ਕੌਮ ਨੂੰ, ਕੌਮ ਦੇ ਬੱਚਿਆਂ ਨੂੰ, ਸੰਸਾਰ ਦੇ ਬੱਚਿਆਂ ਨੂੰ ਦੇ ਕੇ ਜਾਈਏ, ਜਿਸ ਨੂੰ ਪੜ੍ਹ ਕੇ ਸੁਣ ਕੇ ਔਰ ਉਹਦੇ ਉੱਤੇ ਅਮਲ ਕਰਕੇ ਸਾਡੇ ਜੋ ਬੱਚੇ ਨੇ, ਸਾਡਾ ਜੋ ਭਵਿੱਖ ਹੈ, ਸਾਡੇ ਦੇਸ਼ ਦਾ ਜੋ ਮਾਣ ਹੈ, ਉਹ ਬੁਲੰਦੀਆਂ ਤੱਕ ਛੋਵੇ। ਔਰ ਗੁਰੂ ਖਾਲਸਾ ਜੀ ਦੇ ਜਿਹੜੇ ਝੰਡੇ ਨੇ, ਉਹ ਹਮੇਸ਼ਾ ਹੀ ਜਿਵੇਂ ਝੂਲਦੇ ਨੇ, ਉਹ ਜੁਗੋ ਜੁਗ ਝੂਲਦੇ ਰਹਿਣ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵਿਚਾਰਧਾਰਾ, ਜਿਸ ਦੇ ਉੱਤੇ ਅਕਸਰ ਕੋਈ ਮੈਲ ਚੜ੍ਹਦੀ ਹੈ ਜਾਂ ਚੜ੍ਹਾਉਣੀ ਚਾਹੁੰਦੇ ਨੇ ਲੋਕ, ਅਸੀਂ ਉਹਨਾਂ ਵੰਗਾਰਾਂ ਨੂੰ ਟਾਕਰਾ ਕਰਨ ਦੀ ਸਾਡੀ ਸਮਰੱਥਾ ਹੈ ਕੇਵਲ ਅਤੇ ਕੇਵਲ ਗੁਰਬਾਣੀ ਕਰਕੇ। ਜਦੋਂ ਅਸੀਂ ਗੁਰਬਾਣੀ ਨੂੰ, ਇਸ ਵਿਚਾਰਧਾਰਾ ਨੂੰ ਜਾਂ ਸਿੱਖ ਇਤਿਹਾਸ ਨੂੰ ਕਿਤੇ ਥੋੜ੍ਹਾ ਜਿਹਾ ਪਿਛੋਕੜ 'ਚ ਰੱਖਦੇ ਹਾਂ, ਫਿਰ ਕਿੱਥੇ ਗੜਬੜ ਹੁੰਦੀ ਹੈ। ਇਸ ਕਰਕੇ ਜੇਕਰ ਅਸੀਂ ਕਲਮਾਂ ਨੂੰ, ਆਪਣੀਆਂ ਨੂੰ ਸੋਧਣਾ, ਤਾਂ ਅਸੀਂ ਆਪਣੇ ਉਸ ਮਹਾਨ ਵਿਰਸੇ ਜੋ ਗੁਰਬਾਣੀ 'ਚ ਸਾਨੂੰ ਮਿਲਿਆ, ਉਸ ਤੋਂ ਸੇਧ ਲੈ ਕੇ ਲਿਖਣਾ ਸ਼ੁਰੂ ਕਰੀਏ। ਜੋ ਤਤਕਾਲੀ ਪ੍ਰੋਬਲਮਸ ਨੇ, ਉਹਨਾਂ ਨੂੰ ਜ਼ਿਆਦਾਤਰ ਦੇਖਣ ਦੀ ਲੋੜ ਹੈ, ਇਤਿਹਾਸ 'ਚੋਂ ਸਿੱਖਣਾ, ਭਵਿੱਖ ਦੀ ਚਿੰਤਾ ਨਾ ਕਰੀਏ। ਜੇਕਰ ਸਾਡਾ ਅੱਜ ਸੰਭਾਲ ਲਿਆ, ਭਵਿੱਖ ਆਪਣੇ ਆਪ ਸੰਭਾਲਿਆ ਜਾਣਾ, ਇਹ ਧਿਆਨ ਰੱਖ ਲਈਏ। ਗੁਰੂ ਪਾਤਸ਼ਾਹ ਜੀ ਨੇ ਮੌਕੇ ਨੂੰ ਸੰਭਾਲਿਆ, ਜੇਕਰ ਮੌਕੇ 'ਤੇ ਅਸੀਂ ਮਾਰ ਖਾ ਕੇ, ਭਵਿੱਖ ਕਿਸਨੇ ਦੇਖਿਆ। ਇਸ ਕਰਕੇ ਜੋ ਤੱਤੀਆਂ ਹਵਾਵਾਂ ਇਸ ਵੇਲੇ ਸੰਸਾਰ 'ਚ ਚੱਲ ਰਹੀਆਂ ਹਨ, ਕੇਵਲ ਅਤੇ ਕੇਵਲ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਥੰਮ ਸਕਦੀ ਹੈ। ਔਰ ਤੁਹਾਡੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਤੁਸੀਂ ਉਸ ਬਖਸ਼ਿਸ਼ ਨੂੰ ਲੈ ਕੇ, ਅਰਦਾਸਾਂ ਕਰਕੇ, ਅਸੀਸਾਂ ਲੈ ਕੇ ਕਲਗੀਧਰ ਪਿਤਾ ਜੀ ਦੀਆਂ ਆਪਣੇ ਸੰਸਾਰ ਦੇ ਬਾਕੀ ਕਾਰਜਾਂ 'ਚ ਜੂਝਣਾ, ਅਤੇ ਆਪਣੀਆਂ ਕਲਮਾਂ ਨੂੰ ਉਸੇ ਤਰ੍ਹਾਂ ਤਿੱਖੀਆਂ ਕਰਨੀਆਂ ਜਿਵੇਂ ਅਸੀਂ ਹੁਣੇ ਦਰਬਾਰ ਸਾਹਿਬ ਦੇਖ ਕੇ ਆ ਰਹੇ ਹਾਂ ਕਲਗੀਧਰ ਪਾਤਸ਼ਾਹ ਜੀ ਦੀਆਂ ਦੋ ਕਲਮਾਂ ਨੂੰ। ਮੈਂ ਇਤਨੀਆਂ ਗੱਲਾਂ ਕਰਦਾ ਹੋਇਆ ਖਿਮਰਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।